ਆ ਦੇਖੋ ਜੀ ਇੰਜ ਇਹਨੂੰ ਗੇੜਿਆ ਜਾਂਦਾ ਆ ਦੇਖੋ ਇਹ ਆ ਰਿਹਾ ਪਾਣੀ ਇਹ ਦੇਖੋ ਪੂਰਾ ਦੇਸੀ ਮੌਲ ਪੱਠੇ ਜਾ ਰਹੇ ਬੋਰਡ ਦਾ ਦਰਖਤ ਵੀ ਆ ਬੋਕਾ ਆ ਗਿਆ ਜੀ ਪਾਣੀ ਦਾ ਇਹ ਆ ਦੇਖੋ ਜੀ ਇਹ ਬੋਕੇ ਨੂੰ ਇੰਜ ਕਰਕੇ ਇਹਦੇ ਚ ਪਾ ਦਿੱਤਾ ਜਾਂਦਾ ਸੀ ਪਹਿਲੇ ਵਕਤਾਂ ਚ ਇੰਜ ਲੋਕ ਨਹਾਉਂਦੇ ਸੀ ਜੀ ਸਾਰੀਆਂ ਗਰਮੀਆਂ ਨਹਾਈਦਾ ਇੱਥੇ ਇਸੇ ਹਮਾਮ ਚ ਇਸੇ ਹਮਾਮ ਚ ਅੱਛਾ ਅੱਛਾ ਇਹ ਫ੍ਰਿਜ ਦਾ ਪਾਣੀ ਅਸੀਂ ਘਰੋਂ ਛੱਡ ਕੇ ਆਣ ਕੇ ਇਥੋਂ ਪਾਣੀ ਪੀਨੇ ਇੰਨਾ ਠੰਡਾ ਪਾਣੀ ਆ ਇੰਨਾ ਪਾਣੀ ਜ਼ਬਰਦਸਤ ਆ ਔਰ ਸ਼ਿਫਾਯਾਬ ਆ ਸਾਡੇ ਬਜ਼ੁਰਗ ਪਹਿਲਾਂ ਇਸ ਤਰ੍ਹਾਂ ਹੀ ਨਹਾਉਂਦੇ ਸੀਗੇ ਅੱਛਾ ਪਹਿਲਾਂ ਨਾ ਤਾਂ ਘਰਾਂ 'ਚ ਵਾਸ਼ਰੂਮ ਬਣੇ ਸੀ ਨਾ ਮੋਟਰਾਂ ਸੀ ਨਾ ਨਲਕੇ ਸੀ ਇੱਥੇ ਹੀ ਨਹਾਉਂਦੇ ਸੀਗੇ ਸਾਰੇ ਇੱਥੇ ਹੀ ਆਪਣਾ ਇੱਕ ਤਰ੍ਹਾਂ ਘਰਾਂ ਵਾਲਾ ਸਿਸਟਮ ਬਣਿਆ ਸੀ ਇਹ ਟੂਟੀ ਨੂੰ ਜਦੋਂ ਖੋਲੀ ਦਾ ਵਾ ਤੇ ਚੋਂ ਪਾਣੀ ਆਉਂਦਾ ਫਿਰ ਇੱਥੇ ਬੈਠ ਕੇ ਨਹਾਈਦਾ ਅੱਛਾ ਔਰ ਬੜਾ ਮਜ਼ਾ ਆਉਂਦਾ ਵਾ ਅੱਛਾ ਟੂਟੀ ਨੂੰ ਖੋਲਦੇ ਆ ਹਾਂਜੀ ਤੇ ਇਧਰੋਂ ਭਰਿਆ ਜਾਂਦਾ ਸੀ ਇਹਨੂੰ ਇਧਰੋਂ ਭਰਿਆ ਜਾਂਦਾ ਸੀ ਠੀਕ ਹੋ ਗਿਆ ਅੱਛਾ ਉਦੋਂ ਮਨ ਫੇ ਲੋਕਾਂ ਨੇ ਨਹਾਉਣ ਵਾਸਤੇ ਇੰਜ ਇੰਤਜ਼ਾਮ ਕੀਤਾ ਹੁੰਦਾ ਹਾਂਜੀ ਪਿੰਡਾਂ 'ਚ ਖੂਹਾਂ 'ਚ ਹਾਂਜੀ ਇਹ ਦੇਸੀ ਇੰਤਜ਼ਾਮ ਹੈ ਦੇਸੀ ਇੰਤਜ਼ਾਮ ਇਹ 100 ਸਾਲਾ ਪੁਰਾਣਾ ਇੰਤਜ਼ਾਮ ਨਹਾਉਣ ਵਾਲਾ ਹਾਂਜੀ ਆ ਜੀ ਦੇਖੋ ਅੱਜ ਵੀ ਇੰਜ ਨਹਾਉਂਦੇ ਸੀ ਵੱਡੇ ਲੋਕ ਬਜ਼ੁਰਗ ਜਿਹੜੇ ਸਾਡੇ ਜਿੱਥੇ ਲੋਕ ਪੁਰਾਣੇ ਸਾਡੇ ਵੱਡੇ ਬਾਪ ਦਾਦਾ ਨਹਾਉਂਦੇ ਸੀ ਜਿਵੇਂ ਹਾਂਜੀ ਇਹਨੂੰ ਕੀ ਕਹਿੰਦੇ ਸਾਹ ਜੀ ਇਹਨੂੰ ਬੋਕਾ ਕਹਿੰਦੇ ਜੀ ਜਿਹੜੇ ਸਾਡੇ ਬਾਪ ਦਾਦਾ ਸੀ ਲਹਿੰਦੇ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਸਾਨੂੰ ਵੇਖ ਰਹੇ ਪੰਜਾਬੀ ਵੀਰ ਉਹਨਾਂ ਨੂੰ ਵਿਖਾ ਰਹੇ ਕਿ ਇੰਜ ਜਾਨਵਰਾਂ ਨੂੰ ਪਾਣੀ ਪਾਉਣ ਵਾਸਤੇ ਇੰਜ ਹੋਦੀ ਬਣਾਈ ਜਾਂਦੀ ਸੀ ਉਹ ਤੁਸੀਂ ਅੱਗੇ ਦੇਖਿਆ ਕਿ ਭਾਈ ਬੋਕਾ ਕੱਢਿਆ ਉੱਥੋਂ ਵਿੱਚੋਂ ਬੋਕਾ ਕੱਢ ਕੇ ਇਹਦੇ ਵਿੱਚ ਲਿਆ ਕੇ ਪਾਣੀ ਪਾਇਆ ਜਾਂਦਾ ਸੀ ਤੇ ਇੱਥੋਂ ਜਾਨਵਰ ਪੀਂਦੇ ਸੀ ਤੇ ਜਦੋਂ ਨਹਾਉਣਾ ਹੁੰਦਾ ਸੀ ਤੇ ਇਹ ਹੋਦੀ ਬਣੀ ਹੁੰਦੀ ਸੀ ਇਹ ਬੋਕਾ ਕੱਢ ਕੇ ਇਸ ਹੋਦੀ 'ਚ ਪਾਉਣਾ ਤੇ ਇਹ ਹੋਦੀ ਦੇ ਵਿੱਚ ਪਾਣੀ ਜਮ੍ਹਾਂ ਕਰਕੇ ਤੇ ਇਹ ਗੁਸਲਖਾਨਾ ਬਣਿਆ ਹੁੰਦਾ ਸੀ ਪਹਿਲਾਂ ਬੋਕੇ ਨੂੰ ਮੂੰਹ ਲਾ ਕੇ ਪਾਣੀ ਪੀਂਦੇ ਸੀ ਅੱਛਾ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕਮ ਦੋਸਤੋ ਮੈਂ ਯਾਸਰ ਮਲਕ ਜਿਵੇਂ ਕਿ 47 ਦੀਆਂ ਵੰਡ ਦੀਆਂ ਪੁਰਾਣੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਈਦਾ ਅਤੇ ਉਸ ਦੇ ਨਾਲ ਅਸੀਂ ਕੋਸ਼ਿਸ਼ ਕਰੀਦੀ ਆ ਕਿ ਪੰਜਾਬ ਦਾ ਜਿਹੜਾ ਪੁਰਾਣਾ ਵਿਰਸਾ ਸੀ ਸਾਡੇ ਵੱਡੇ ਬਜ਼ੁਰਗ ਕਿਵੇਂ ਰਹਿੰਦੇ ਸੀਗੇ ਉਸ ਕਲਚਰ ਨੂੰ ਵੀ ਅਸੀਂ ਤੁਹਾਨੂੰ ਦਿਖਾਈਏ ਪੁਰਾਣੇ ਵਕਤ 'ਚ ਲੋਕਾਂ ਦਾ ਪਿਆਰ ਮੁਹੱਬਤ ਕਿਵੇਂ ਸੀ ਅੱਜ ਅਸੀਂ ਆਏ ਹਾਂ ਸ਼ਾਹਕੋਟ ਦੇ ਲਾਗੇ ਇੱਕ ਡੇਰਾ ਵਾ ਇਹਨੂੰ ਕਹਿੰਦੇ ਡੇਰਾ ਖੂਹੀ ਵਾਲਾ ਤੇ ਇਹ ਬੋਰਡ ਪਿੱਛੇ ਬੋਰਡ ਦਾ ਦਰਖਤ ਵੀ ਤੁਸੀਂ ਦੇਖ ਰਹੇ ਜੋ ਉਹ ਜਿਹੜਾ ਇਹ ਅੱਜ ਬੋਰਡ ਦਾ ਦਰਖਤ ਦੇਖ ਕੇ ਤੇ ਨਾਲ ਹੀ ਇਹਦੇ ਆਹ ਖੂਹੀ ਆ ਜੀ ਇਹ ਖੂਹੀ ਆ ਅੱਜ ਵੀ ਚੱਲਦੀ ਆ ਤੇ ਉਸ ਦੇ ਨਾਲ ਮੈਂ ਆਪਣੇ ਨਾਜ਼ਰੀ ਨੂੰ ਦੱਸਦਾ ਜਾਵਾਂ ਕਿ ਹੁਣ ਜਿਹੜਾ ਵਕਤ ਆ ਗਿਆ ਨਾ ਅਸੀਂ ਘਰਾਂ ਦੇ ਵਿੱਚ ਵਾਸ਼ਰੂਮਾਂ ਦੇ ਵਿੱਚ ਟੂਟੀਆਂ ਤੇ ਗਰਮ ਪਾਣੀ ਤੇ ਠੰਡੇ ਪਾਣੀ ਹਰ ਘਰ 'ਚ ਆਪਣਾ ਨਹਾਉਣ ਧੋਣ ਦਾ ਸਿਸਟਮ ਹੈਗਾ ਲੇਕਿਨ ਪੁਰਾਣਿਆਂ ਵਕਤਾਂ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਸਿਸਟਮ ਨਾਲ ਨਹਾਉਂਦੇ ਸੀ ਖੂਹਾਂ 'ਚ ਪਾਣੀ ਕਿਵੇਂ ਭਰਿਆ ਜਾਂਦਾ ਸੀ ਉਹ ਕਿਵੇਂ ਹੋਦੀ ਸੀ ਕਿਵੇਂ ਗੁਸਲਖਾਨੇ ਸੀਗੇ ਉਹ ਚੀਜ਼ ਅਸੀਂ ਤੁਹਾਨੂੰ ਦਿਖਾਵਾਂਗੇ ਅਤੇ ਇਹ ਦੇਖੋ ਬਣਿਆ ਜੀ ਪੁਰਾਣੇ ਵਕਤਾਂ ਦਾ ਹਮਾਮ ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਹੀ ਆ ਅਤੇ ਆਪਣਾ ਇਹ ਖੂਹੀ ਆ ਬਿਲਕੁਲ ਖੂਹੀ ਦੇ ਨਾਲ ਆ ਨਾ ਇੰਜ ਕਰਕੇ ਉਹ ਜਿਹੜਾ ਲੱਗਾ ਪਟਾ ਇੱਥੋਂ ਬੋਕਾ ਪਾਣੀ ਦਾ ਭਰ ਕੇ ਇਹਦੇ ਵਿੱਚ ਛੱਡਦੇ ਆ ਜੀ ਆਹ ਜਿਹੜੀ ਜਗ੍ਹਾ ਦੇ ਵਿੱਚ ਇਹਦੇ ਛੱਡਿਆ ਜਾਂਦਾ ਸੀ ਇਹਦੇ ਵਿੱਚ ਇੱਕ ਟੂਟੀ ਇੱਕ ਨਾਲ ਉੱਥੋਂ ਪਾਣੀ ਨਿਕਲਦਾ ਸੀ ਉਹ ਥੱਲੀ ਸਾਈਡ 'ਤੇ ਇੱਕ ਹੈਗਾ ਸੁਰਾਖ ਜਿਹਾ
ਉੱਥੋਂ ਪਾਣੀ ਭਰ ਕੇ ਲੋਕ ਨਹਾਉਂਦੇ ਸੀ ਤੇ ਇਹ ਬੜਾ ਹੀ ਅੱਜ ਮੈਂ ਕੋਸ਼ਿਸ਼ ਕਰਕੇ ਲੱਭਿਆ ਮੇਰੇ ਇੱਕ ਦੋਸਤ ਸੀ ਨਵਾਜ਼ ਮਲੰਗੀ ਸਾਹਿਬ ਉਹ ਵੀ ਆਏ ਨੇ ਲੈ ਆਪਣਾ ਵਾਜਾ ਵੀ ਲਿਆਂਦਾ ਉਹਨਾਂ ਨੇ ਤੇ ਇਹ ਮਹਿਰ ਪੱਪੂ ਸਾਹਿਬ ਨੇ ਇਹ ਦੋਸਤ ਨੇ ਇਹਨਾਂ ਨਾਲ ਪੁੱਛਦੀ ਗੱਲਬਾਤ ਕਰਦੇ ਆ ਇਹ ਖੂਹੀ ਕਿਵੇਂ ਬਚ ਗਈ ਕਿਉਂਕਿ ਇਹ ਚੀਜ਼ਾਂ ਵੇਖਣ ਨੂੰ ਨੀ ਲੱਭਦੀਆਂ ਹੁਣ ਪੂਰੇ ਪੰਜਾਬ ਚ ਲਹਿੰਦੇ ਚੜ੍ਹਦੇ ਪੰਜਾਬ ਚ ਕਿਤੇ ਚੀਜ਼ਾਂ ਨੀ ਹੈਗੀਆਂ ਇਹ ਕਿਵੇਂ ਬਚੀ ਆ ਜਾਂ ਗੱਲਬਾਤ ਕਰਦੇ ਆ ਤੇ ਇਹਨਾਂ ਨੇ ਵਿਰਸੇ ਨੂੰ ਕਿਉਂ ਸੰਭਾਲਿਆ ਵਾ ਆਖਿਰ ਕੀ ਵਜ੍ਹਾ ਬਣੀ ਇਹ ਖੂਹੀ ਇਹ ਹਮਾਮ ਅੱਜ ਵੀ ਜਿਹੜਾ ਕਿ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਅੱਜ ਵੀ ਮੌਜੂਦ ਆ ਬਲਕਿ ਇਹਨੂੰ ਇਸਤੇਮਾਲ ਵੀ ਕੀਤਾ ਜਾ ਰਿਹਾ ਦੇਖੋ ਨਾ ਹੋਦੀ ਆ ਵੀ ਰੱਖੀ ਛੋਟੀ ਵੀ ਇੱਥੋਂ ਲੱਗਦਾ ਜਾਨਵਰਾਂ ਨੂੰ ਪਾਣੀ ਵੀ ਪਾਉਂਦੇ ਇਹ ਤੇ ਜਾਨਵਰ ਵੀ ਪਾਣੀ ਪੀਂਦੇ ਇੱਥੋਂ ਆਹ ਫਿਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਦੱਸੋ ਜੀ ਕਦੋਂ ਦੀ ਖੂਹੀ ਆ ਤੇ ਤੁਹਾਡੇ ਬਜ਼ੁਰਗ ਕਦੋਂ ਆਏ ਸੀ ਇਹ 1947 ਤੋਂ ਪਹਿਲੇ ਸਾਡੇ ਬਜ਼ੁਰਗ ਆਏ ਸੀ ਉੱਥੇ ਸਾਡਾ ਪਿੰਡ ਸੀ ਪਿਛਲਾ ਚਾੜ ਕੇ ਕਿਹੜੇ ਜ਼ਿਲ੍ਹੇ ਚ ਜ਼ਿਲ੍ਹੇ ਦਾ ਨਹੀਂ ਸਾਨੂੰ ਪਤਾ ਚਾੜ ਕੇ ਪਿੰਡ ਸੀਗਾ ਸਾਡਾ ਸਾਡੀ ਸਾਰੀ ਬਰਾਦਰੀ ਨੂੰ ਚਾੜ ਕੇ ਵਾਲੀ ਬਰਾਦਰੀ ਇੱਥੇ ਕਹਿੰਦੇ ਆ ਵੱਜਦੇ ਆ ਚਾੜ ਕੇ ਵਾਲੇ ਕਹਿੰਦੇ ਆ ਸਾਨੂੰ ਤੇ ਸਾਡੇ ਬਜ਼ੁਰਗਾਂ ਨੇ ਬਾਬਾ ਜ਼ਾਕਰ ਹੁਸੈਨ ਸ਼ਾਹ ਸੈਯਦ ਆ ਸਾਡੇ ਸ਼ਾਹਕੋਟ ਦੇ ਉਹਨਾਂ ਪੀਰਾਂ ਨੇ ਆਣ ਕੇ ਇਸ ਖੂਹੀ ਦਾ ਟੱਪ ਲਾਇਆ ਸੀ ਫਿਰ ਖੂਹੀ ਬਣੀ ਤੇ ਹਜੇ ਤੱਕ ਵੀ ਚੱਲਦੀ ਆ ਇਹਦਾ ਪਾਣੀ ਬਹੁਤ ਮਿੱਠਾ ਅੱਛਾ ਕਈ ਬਿਮਾਰੀਆਂ ਤੋਂ ਇਹਨਾਂ ਦਾ ਇਹਦਾ ਇਲਾਜ ਆ ਇਹਦਾ ਪਾਣੀ ਪੀਣ ਵਾਲਿਆਂ ਨੂੰ ਗਰਮੀਆਂ ਨੂੰ ਇੰਨਾ ਇਹ ਠੰਡਾ ਪਾਣੀ ਆ ਵੀ ਇੱਥੇ ਨਹਾਈਏ ਤੇ ਸਰਦੀ ਲੱਗਣ ਲੱਗ ਪੈਂਦੀ ਆ ਅੱਛਾ ਅੱਛਾ ਹਾਂਜੀ ਸਾਰੀਆਂ ਗਰਮੀਆਂ ਨਹਾਈਦਾ ਇਹ ਫਰਿਜ ਦਾ ਪਾਣੀ ਅਸੀਂ ਘਰੋਂ ਛੱਡ ਕੇ ਆਣ ਕੇ ਇੱਥੋਂ ਪਾਣੀ ਪੀਨੇ ਇੰਨਾ ਠੰਡਾ ਪਾਣੀ ਆ ਇੰਨਾ ਪਾਣੀ ਜ਼ਬਰਦਸਤ ਔਰ ਸ਼ਿਫਾਯਾਬ ਆ ਅੱਛਾ ਆ ਭਾਈ ਇਹ ਕੱਢੀ ਹਾਂ ਬੋਕਾ ਇੱਕ ਪਾਣੀ ਦਾ ਆ ਛੋਟਾ ਭਾਈ ਕੱਢੇਗਾ ਹੁਣ ਆ ਭਾਈ ਕੱਢਣ ਲੱਗੇ ਆਓ ਥੋੜਾ ਇੱਧਰ ਇਹ ਦੇਖੋ ਜੀ ਇੰਜ ਇਹਨੂੰ ਗੇੜਿਆ ਜਾਂਦਾ ਆ ਦੇਖੋ ਇਹ ਆ ਰਿਹਾ ਪਾਣੀ ਇਹ ਦੇਖੋ ਪੂਰਾ ਦੇਸੀ ਮਾਹੌਲ ਪੱਠੇ ਜਾ ਰਹੇ ਬੋਰਡ ਦਾ ਦਰਖਤ ਵੀ ਆ ਬੋਕਾ ਆ ਗਿਆ ਜੀ ਪਾਣੀ ਦਾ ਇਹ ਆ ਦੇਖੋ ਜੀ ਇਹ ਬੋਕੇ ਨੂੰ ਇੰਜ ਕਰਕੇ ਇਹਦੇ ਚ ਪਾ ਦਿੱਤਾ ਜਾਂਦਾ ਸੀ ਪਹਿਲੇ ਵਕਤਾਂ ਚ ਇੰਜ ਲੋਕ ਨਹਾਉਂਦੇ ਸੀ ਜੀ ਅੱਛਾ ਜੀ ਉਹ ਇਹ ਜੀ ਬੋਕਾ ਕੱਢ ਰਹੇ ਭਾਈ ਕੀ ਨਾਂ ਭਾਈ ਤੁਹਾਡਾ ਆਤਫ ਨਜ਼ੀਰ ਭਾਈ ਆ ਦੇਖੋ ਜੀ ਬੋਕਾ ਆ ਗਿਆ ਪਾਣੀ ਦਾ ਇਹ ਦੇਖੋ ਜੀ ਇੰਜ ਕਰਕੇ ਇਹ ਥੱਲੀ ਹੋਦੀ ਚ ਉਹਨਾਂ ਨੇ ਪਾਇਆ ਜਾਨਵਰਾਂ ਨੂੰ ਪਾਇਆ ਜਾਂਦਾ ਥੱਲੇ ਵਾਲੀ ਹੌਦੀ ਚੋਂ ਇਹ ਹਾਂਜੀ ਜੀ ਇਹ ਥੱਲੇ ਵਾਲੀ ਹੌਦੀ ਚੋਂ ਜਾਨਵਰਾਂ ਨੂੰ ਪੜਾਉਂਦੇ ਆ ਅਸੀਂ ਪਾਣੀ ਇੱਥੇ ਅੱਛਾ ਇੱਥੋਂ ਜਾਨਵਰਾਂ ਨੂੰ ਜਾਨਵਰ ਇਹ ਖੂਹੀ ਦਾ ਪਾਣੀ ਪੀਂਦੇ ਆ ਹਾਂਜੀ ਕੀ ਬਾਤ ਆ ਜੀ ਅੱਛਾ ਇਹ ਪਾਣੀ ਚ ਪਾਉਂਦੇ ਆ ਹਾਂਜੀ ਤੇ ਇੱਥੋਂ ਜਾਨਵਰ ਆ ਕੇ ਪੀਂਦੇ ਕਈਆਂ ਤੇ ਜਿਹੜੇ ਕੋਈ ਸਹਿੰਦੇ ਸੀਗੇ ਜਿਹੜੇ ਕੋਈ ਮਾਲ ਰੱਖਦੇ ਸੀ ਉਹਦਾ ਉਹੀ ਖੂਹੀ ਬਣਾਉਂਦੇ ਸੀਗੇ ਨਹੀਂ ਤੇ ਨਲਕੇ ਵੀ ਘੱਟ ਹੀ ਸੀਗੇ ਖਾਲਿਆਂ ਖੂਣਿਆਂ ਤੋਂ ਪਾਣੀ ਪੜਾਉਂਦੇ ਸੀਗੇ ਨਲਕਿਆਂ ਨਹੀਂ ਅਗਰ ਜੇ ਅਕਸਰ ਡੇਰਿਆਂ ਤੇ ਹੈ ਸੀ ਨਾ ਜੇ ਜਾਨਵਰਾਂ ਨੂੰ ਪਾਣੀ ਪਿਲਾਇਆ ਜਾਂਦਾ ਤੇ ਇੰਜ ਹੀ ਪਿਲਾਇਆ ਜਾਂਦਾ ਸੀ ਹਾਂਜੀ ਇੰਜ ਬੋਕਾ ਕੱਢਣਾ ਉੱਥੋਂ ਤੇ ਇੰਜ ਹੋਦੀ ਜੀ ਬਣਾਈ ਹੋਣੀ ਤੇ ਆਹ ਦੇਖੋ ਦੋਸਤੋ ਇਹ ਅੱਜ ਤੋਂ ਕੋਈ 30-40 ਸਾਲ ਪਹਿਲੇ 45 ਸਾਲ ਪਹਿਲੇ ਜਿਹੜੇ ਸਾਡੇ ਬਾਪ ਦਾਦਾ ਸੀ ਲਹਿੰਦੇ ਚੜ੍ਹਦੇ ਪੰਜਾਬ ਦੇ ਜਿਹੜੇ ਲੋਕ ਸਾਨੂੰ ਵੇਖ ਰਹੇ ਪੰਜਾਬੀ ਵੀਰ ਉਹਨਾਂ ਨੂੰ ਵਿਖਾ ਰਹੇ ਕਿ ਇੰਜ ਜਾਨਵਰਾਂ ਨੂੰ ਪਾਣੀ ਪਾਉਣ ਵਾਸਤੇ ਇੰਜ ਹੋਦੀ ਬਣਾਈ ਜਾਂਦੀ ਸੀ ਉਹ ਤੁਸੀਂ ਅੱਗੇ ਦੇਖਿਆ ਕਿ ਭਾਈ ਬੋਕਾ ਕੱਢਿਆ ਉੱਥੋਂ ਵਿੱਚੋਂ ਬੋਕਾ ਕੱਢ ਕੇ ਇਹਦੇ ਵਿੱਚ ਲਿਆ ਕੇ ਪਾਣੀ ਪਾਇਆ ਜਾਂਦਾ ਸੀ ਤੇ ਇੱਥੋਂ ਜਾਨਵਰ ਪੀਂਦੇ ਸੀ ਤੇ ਜਦੋਂ ਨਹਾਉਣਾ ਹੁੰਦਾ ਸੀ ਤੇ ਇਹ ਹੋਦੀ ਬਣੀ ਹੁੰਦੀ ਸੀ ਇਹ ਬੋਕਾ ਕੱਢ ਕੇ ਇਸ ਹੋਦੀ 'ਚ ਪਾਉਣਾ ਤੇ ਇਹ ਹੋਦੀ ਦੇ ਵਿੱਚ ਪਾਣੀ ਜਮ੍ਹਾਂ ਕਰਕੇ ਤੇ ਇਹ ਗੁਸਲਖਾਨਾ ਬਣਿਆ ਹੁੰਦਾ ਸੀ ਲੋਨ ਵੀ ਬਣੀ ਸੀ ਇਹ ਇਹ ਦੇਖੋ ਹਜੇ ਵੀ ਨਹਾਉਂਦੇ ਇਹਦੇ 'ਚ ਇਹ ਦੇਖੋ ਇਹ ਬਣਿਆ ਜੀ ਇੱਥੋਂ ਉਹਨੂੰ ਛੋਟੀ ਨੂੰ ਕੱਢਣਾ ਇਹ ਸ਼ਾਵਰ ਇਹਨੂੰ ਸ਼ਾਵਰ ਕਹਿੰਦੇ ਇੱਥੋਂ ਛੋਟੀ ਨੂੰ ਕੱਢ ਕੇ ਤੇ ਇਹਨੂੰ ਨਹਾਉਣਾ ਇਹ ਇੱਥੇ ਕੋਈ ਸਾਬਣ ਤੇਲ ਤੂ ਰੱਖਣ ਵਾਸਤੇ ਬੰਨੀ ਅੱਛਾ ਜੀ ਕਿੰਨੀ ਦੇਰ ਹੋ ਗਈ ਇਸ ਹੌਦੀ ਨੂੰ 2 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਜੀ ਅਰਸਾ ਇਹਨੂੰ ਆੜਾ ਗੁਸਲਖਾਨੇ ਬਣੇ ਨੂੰ ਹਾਂਜੀ ਅੱਛਾ ਅੱਛਾ ਤੇ ਅੱਜ ਵੀ ਇਹ ਚੱਲਦਾ ਅੱਜ ਵੀ ਇਹ ਚੱਲਦਾ ਇਨਸ਼ਾਅੱਲਾ ਹਾਂ ਕੱਢਿਓ ਬੋਕਾ ਜੀ ਇੱਕ ਹੋਰ ਆ ਦੇਖੋ ਹਰੋਣੀ ਬੋਕਾ ਕੱਢ ਰਹੇ ਤੁਹਾਨੂੰ ਆ ਦੇਖੋ ਬੋਕਾ ਆ ਰਿਹਾ ਪਾਣੀ ਦਾ ਆ ਦੇਖੋ ਜੀ ਇਹ ਦੇਖੋ ਅੱਛਾ ਇੰਜ ਪਾਰ ਕਰਕੇ ਇਹਨੂੰ ਜਾਨਵਰ ਨੂੰ ਪਾਉਣ ਵਾਸਤੇ ਹਾਂਜੀ ਇਹ ਦੇਖੋ ਜੀ ਆਹ ਲਓ ਜੀ ਇਹ ਪੁਰਾਣਾ ਵਕਤ ਪੁਰਾਣਾ ਅੱਜ ਤੋਂ 40 ਸਾਲ 50 ਸਾਲਾਂ ਪੁਰਾਣਾ ਦੌਰ ਅੱਜ ਵੀ ਚੱਲ ਰਿਹਾ ਕਿਉਂਕਿ 100 ਸਾਲ ਤਾਂ ਇੱਕ ਤਰੀਕ ਸੀ ਲੋਕ ਉਦੋਂ ਪੀਂਦੇ ਹੀ ਪਾਣੀ ਇੱਦਾਂ ਹੀ ਸੀਗੇ ਲੋਕ ਹਾਂਜੀ ਲੇਕਿਨ 40-50 ਸਾਲ ਪਹਿਲੇ ਕੰਮ ਖਤਮ ਹੋ ਗਿਆ ਜੀ ਜੀ ਅੱਛਾ ਇਹ ਤੁਹਾਨੂੰ ਕਿੰਨਾ ਕੁ ਅੱਛਾ ਲੱਗਦਾ ਅੱਜ ਤੁਸੀਂ ਇੱਕ ਤਰੀਕ ਨੂੰ ਸੰਭਾਲਿਆ ਵਾ
ਸਾਨੂੰ ਬਹੁਤ ਅੱਛਾ ਲੱਗਦਾ ਇੱਥੇ ਬਹੁਤ ਲੋਕ ਇਹਨੂੰ ਵਿਜ਼ਿਟ ਕਰਨ ਆਉਂਦੇ ਆ ਅੱਛਾ ਸ਼ਹਿਰਾਂ ਚੋਂ ਦੂਰੋਂ ਬੱਚੇ ਜਿਹਨਾਂ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਦਿਖਾਉਣ ਲਿਆਉਂਦੇ ਆ ਲੋਕ ਵੀ ਆਹ ਸਾਡਾ ਪੁਰਾਣਾ ਵਿਰਸਾ ਹੈ ਵਿਰਸਾ ਵਾ ਵੱਡੇ ਸਾਡੇ ਵੱਡੇ ਐਵੇਂ ਪਾਣੀ ਪੀਂਦੇ ਸੀ ਐਵੇਂ ਨਹਾਉਂਦੇ ਸੀ ਦੁਰਗਾ ਨੇ ਸਾਨੂੰ ਇਹ ਨਸੀਹਤ ਕੀਤੀ ਸੀ ਵੀ ਇਹ ਸਾਡਾ ਵਿਰਸਾ ਜਿਹੜਾ ਨਾ ਇਹਨੂੰ ਸੰਭਾਲ ਕੇ ਰੱਖਣਾ ਔਰ ਅਸੀਂ ਇਨਸ਼ਾਅੱਲਾ ਤਾਲਾ ਇਹਨੂੰ ਚਲਾ ਰਹੇ ਹਾਂ ਲੋਕ ਵੀ ਇੱਥੋਂ ਬਹੁਤ ਸਾਰੇ ਪਾਣੀ ਲੈਣ ਵੀ ਆਉਂਦੇ ਆ ਪੀਣ ਲਈ ਆਣ ਕੇ ਕਈ ਉਤਤਲੇ ਚ ਵਿਜ਼ਿਟ ਕਰਨ ਆਉਂਦੇ ਆ ਖੁਸ਼ ਹੁੰਦੇ ਆ ਦੇਖ ਕੇ ਇਸ ਖੂਹੀ ਤੋਂ ਪਾਣੀ ਪੀ ਕੇ ਹਾਂਜੀ ਲਓ ਜੀ ਬੜਾ ਹੀ ਚੰਗਾ ਲੱਗਾ ਅੱਜ ਵੀ ਇੱਕ ਪੁਰਾਣਾ ਪੰਜਾਬੀ ਕਲਚਰ ਸੰਭਾਲਿਆ ਹੋਇਆ ਤੁਸੀਂ ਕਹਿੰਦੇ ਚੜ੍ਹਦੇ ਪੰਜਾਬ ਦੇ ਸਿੱਖ ਸਰਦਾਰ ਵੀ ਤੁਹਾਨੂੰ ਸੁਣ ਰਹੇ ਆ ਤੁਸੀਂ ਇੱਕ ਬੜੀ ਵੱਡੀ ਚੀਜ਼ ਸਾਡੇ ਬਜ਼ੁਰਗਾਂ ਦੀ ਸੰਭਾਲ ਕੇ ਰੱਖੀ ਇੱਕ ਤਰੀਖ ਨੂੰ ਸੰਭਾਲਿਆ ਵਾ ਕੀ ਸੁਣਿਆ ਦਿੰਦੇ ਆ ਇਹਨਾਂ ਚੀਜ਼ਾਂ ਨਾਲ ਤੁਸੀਂ ਪਿਆਰ ਕੀਤਾ ਆਪਣੇ ਵੱਡਿਆਂ ਦੀ ਸਕਾਫਤ ਨਾਲ ਇਹ ਸਾਡੀ ਪੰਜਾਬੀ ਸਕਾਫਤ ਹੈ ਜੀ ਇਹਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਆ ਸਾਡੀ ਸਕਾਫਤ ਆ ਜੀ ਸਾਕੇ ਅਸੀਂ ਇਹਨੂੰ ਆਪਣੀ ਸਕਾਫਤ ਨੂੰ ਸੰਭਾਲ ਕੇ ਰੱਖੀਏ ਆਪਣਾ ਪੰਜਾਬੀ ਕਲਚਰ ਪਾਕਿਸਤਾਨੀ ਪੁਰਾਣਾ ਕਲਚਰ ਜਿਹੜਾ ਉਹ ਲੋਕ ਦੇਖਣ ਕੁਛ ਹੋਣ ਇਹਨਾਂ ਚੀਜ਼ਾਂ ਨੂੰ ਅਸੀਂ ਸੰਭਾਲੀਏ ਆਪਣੀਆਂ ਨੂੰ ਅੱਛਾ ਅੱਛਾ ਆਹ ਗੁਸਲਖਾਨੇ ਬਾਰੇ ਥੋੜਾ ਅਗਾ ਕੇ ਦੱਸਿਓ ਮੈਨੂੰ ਇਹ ਆਇਓ ਥੋੜਾ ਜਿਹਾ ਅੱਛਾ ਇਹ ਪਾਣੀ ਪਾਤਾ ਮੁੰਡਾ ਬੋਕੇ ਪਾਤੇ ਨੇ ਆਹ ਪਾਰ ਲਈ ਦੀ ਆ ਤੇ ਇਹਦੇ ਵਿੱਚ ਇੰਨਾ ਪਾਣੀ ਠੰਡਾ ਹੋ ਜਾਂਦਾ ਵੀ ਨਹਾਈਏ ਤੇ ਸਰਦੀ ਲੱਗਣ ਡੈ ਪੈਂਦੀ ਗਰਮੀਆਂ ਨੂੰ ਸਾਡੇ ਬਜ਼ੁਰਗ ਪਹਿਲਾਂ ਇਸ ਤਰ੍ਹਾਂ ਹੀ ਨਹਾਉਂਦੇ ਸੀਗੇ ਪਹਿਲਾਂ ਨਾ ਤਾਂ ਘਰਾਂ ਚ ਵਾਸ਼ਰੂਮ ਬਣੇ ਸੀ ਨਾ ਮੋਟਰਾਂ ਸੀ ਨਾ ਨਲਕੇ ਸੀ ਇੱਥੇ ਹੀ ਨਹਾਉਂਦੇ ਸੀਗੇ ਸਾਰੇ ਇੱਥੇ ਹੀ ਆਪਣਾ ਇੱਕ ਘਰਾਂ ਵਾਲਾ ਸਿਸਟਮ ਬਣਿਆ ਸੀ ਇਹ ਟੂਟੀ ਨੂੰ ਜਦੋਂ ਖੋਲੀ ਦਾ ਵਾ ਤੇ ਚੋਂ ਪਾਣੀ ਆਉਂਦਾ ਫਿਰ ਇੱਥੇ ਬੈਠ ਕੇ ਨਹਾਈਦਾ ਅੱਛਾ ਉਹ ਬੜਾ ਮਜ਼ਾ ਆਉਂਦਾ ਵਾ ਅੱਛਾ ਟੂਟੀ ਨੂੰ ਖੋਲਦੇ ਆ ਹਾਂਜੀ ਇਧਰੋਂ ਭਰਿਆ ਜਾਂਦਾ ਸੀ ਇਹਨੂੰ ਇਧਰੋਂ ਭਰਿਆ ਜਾਂਦਾ ਸੀ ਠੀਕ ਹੋ ਗਿਆ ਅੱਛਾ ਉਦੋਂ ਫਿਰ ਲੋਕਾਂ ਨੇ ਨਹਾਉਣ ਵਾਸਤੇ ਇੰਜ ਇੰਤਜ਼ਾਮ ਕੀਤਾ ਹਾਂਜੀ ਪਿੰਡਾਂ ਚ ਖੂਹਾਂ ਚ ਇਹ ਦੇਸੀ ਇੰਤਜ਼ਾਮ ਹੈ ਦੇਸੀ ਇੰਤਜ਼ਾਮ ਇਹ 100 ਸਾਲਾ ਪੁਰਾਣਾ ਇੰਤਜ਼ਾਮ ਨਹਾਉਣ ਵਾਲਾ ਹਾਂਜੀ ਖੜੇ ਉਹਨੂੰ ਵੀ ਬਣਾਈ ਜਗ੍ਹਾ ਹਾਂਜੀ ਬੰਨੀ ਜੀ ਅੱਛਾ ਇਹਦੇ ਲੱਕੜੀ ਕੱਢਣੀ ਤੇ ਇਹਨੇ ਪਾਣੀ ਚੱਲ ਪੈਣਾ ਇਹਨੇ ਪਾਣੀ ਚੱਲ ਪੈਣਾ ਇਹਦੇ ਵਿੱਚ ਫਿਰ ਨੀਚੇ ਬੈਠ ਕੇ ਤੇ ਨਹਾਈ ਜਾਣਾ ਇਹ ਨਾਲ ਵਿੱਟ ਲਈ ਇੱਕ ਹਾਂਜੀ ਇਹਦੇ ਉੱਤੇ ਸਾਬਣ ਰੱਖੀਦਾ ਹੈ ਸਾਬਣ ਜਾਂ ਤੇਲ ਉਸ ਹਾਂਜੀ ਇਹ ਕਿੰਨੀ ਦੇਰ ਦਾ ਜੀ ਹਮਾਮ ਜਿਹੜਾ ਤੁਹਾਡੇ ਕੋਲ ਇਹ ਜਦੋਂ ਖੂਹੀ ਬਣੀ ਉਦੋਂ ਦਾ ਹੀ ਆ 100 ਸਾਲ ਪੁਰਾਣਾ ਹੀ ਆ ਇਹ 100 ਸਾਲ ਪੁਰਾਣਾ ਹਮਾਮ ਆ ਹਾਂਜੀ ਜਿੱਥੇ ਲੋਕ ਪੁਰਾਣੇ ਸਾਡੇ ਵੱਡੇ ਬਾਪ ਦਾਦਾ ਨਹਾਉਂਦੇ ਸੀ ਜਿਵੇਂ ਹਾਂਜੀ ਉਹ ਚੀਜ਼ ਨੂੰ ਅੱਜ ਵੀ ਸੰਭਾਲਿਆ ਬਿਲਕੁਲ ਸਹੀ ਔਰ ਇਨਸ਼ਾਅੱਲਾ ਸੰਭਾਲੇ ਰੱਖਾਂਗੇ ਸੰਭਾਲੇ ਰੱਖਾਂਗੇ ਇਹ ਬੜੀ ਗੱਲ ਆ ਜੀ ਕਿਤੇ ਕਿਤੇ ਟਾਵੀ ਟਾਵੀ ਜਾ ਕੇ ਚੀਜ਼ਾਂ ਲੱਭਦੀਆਂ ਹੁਣ ਤਾਂ ਟੈਲਾਂ ਪੱਥਰ ਗਰਮ ਪਾਣੀ ਠੰਡਾ ਪਾਣੀ ਤੇ ਟੂਟੀਆਂ ਲੱਗ ਗਈਆਂ ਘਰਾਂ 'ਚ ਹਾਂਜੀ ਇਹ ਚੀਜ਼ ਕਿੱਥੇ ਰਹਿ ਗਈ ਇਹ ਸਾਡਾ ਵਿਰਸਾ ਜੀ ਵਿਰਸਾ ਲੋ ਜੀ ਇਸ ਚੀਜ਼ ਦੇ ਵਿੱਚੋਂ ਨਾ ਅੱਜ ਸਾਨੂੰ ਖੂਹੀ ਦੇ ਵਿੱਚੋਂ ਜਿਹੜਾ ਪਾਣੀ ਦੇ ਵਿੱਚੋਂ ਤੁਹਾਡੇ ਹਮਾਮ ਬਣਾਏ ਦੇ ਵਿੱਚ ਸਾਨੂੰ ਐਂ ਲੱਗਾ ਜਿਵੇਂ ਅਸੀਂ ਆਪਣੇ ਬਾਪ ਦਾਦੇ ਦੇ ਦੌਰ 'ਚ ਚਲੇ ਗਏ ਵਾਪਸ ਹਾਂਜੀ ਹਾਂਜੀ ਅੱਛਾ ਜੀ ਭਾਈ ਬਦੀਓ ਜ਼ਮਾਨ ਸਾਹਿਬ ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੱਕ ਵਿਰਸੇ ਨੂੰ ਸੰਭਾਲਿਆ ਤੇ ਆਉਣ ਵਾਲੀ ਨਸਲ ਅੱਜ ਦੀ ਜਿਹੜੀ ਨਸਲ ਆ ਇਸ ਤੁਹਾਡੀ ਵੀਡੀਓ ਤੁਹਾਡੇ ਵਿਰਸੇ ਸਾਂਭਣ ਦੀ ਵਜ੍ਹਾ ਨਾ ਇਸ ਸਕਾਫਤ ਨੂੰ ਵੇਖ ਰਹੀ ਹੈ ਕਿ ਸਾਡੇ ਵੱਡੇ ਕਿਵੇਂ ਨਹਾਉਂਦੇ ਸੀ ਉਹਨਾਂ ਦੇ ਹਮਾਮ ਕਿਵੇਂ ਸੀ ਖੂਹੀਆਂ 'ਚੋਂ ਪਾਣੀ ਕਿਵੇਂ ਲੈਂਦੇ ਸੀ ਇਹ ਭਾਈ ਬਦੀਓ ਜ਼ਮਾਨ ਦਾ ਹੀ ਸ਼ੁਕਰਗੁਜ਼ਾਰ ਅਸੀਂ ਜੀ ਪੰਜਾਬੀ ਵੀਰ ਜਿੰਨੇ ਵੀ ਹਾਂ ਤੇ ਤੁਸੀਂ ਨਾਜ਼ਰੀਨ ਵੇਖ ਰਹੇ ਸੀ ਕਿ ਖੂਹੀਆਂ ਜਿਹੜਾ ਪੰਜਾਬੀ ਕਲਚਰ ਸਾਡੇ ਵੱਡੇ ਇਹ ਦੇਖੋ ਖੂਹੀ ਬਿਲਕੁਲ ਹਮਾਮ ਦੇ ਨਾਲ ਲੱਗੀ ਹੈ ਇੱਥੋਂ ਪਾਣੀ ਭਰ ਕੇ ਨਹਾਉਣਾ ਜਾਨਵਰਾਂ ਵਾਸਤੇ ਵੀ ਪੀਣਾ ਇੱਕ ਪੁਰਾਣੇ ਕਲਚਰ ਦੀ ਝਲਕ ਅਸੀਂ ਤੁਹਾਨੂੰ ਵਿਖਾਈ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਦੁਆਵਾਂ ਵਿੱਚ ਯਾਦ ਰੱਖਿਓ।